ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਲਾ ਤੇਜਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਵਾਲੇ ਪੁੱਲ 'ਤੇ ਆਪਾਂ ਫੌਜੀ ਫਾਰਮ ਹੁਣ ਅੱਗੇ ਪਹੁੰਚੇ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਸ 7-8 ਗਾਵਾਂ ਜਿਹੜੀਆਂ ਤੁਹਾਨੂੰ ਵਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਤੇ ਅੱਜ ਭਾਈ ਹੋਣੀ ਘਰੇ ਨਹੀਂ ਹੈਗੇ ਆ ਫਿਰ ਠੀਕ ਠੀਕ ਗਾਵਾਂ ਹੀ ਲੈਣ ਗਏ ਆ ਤੇ ਅੱਜ ਹੁਣ ਘਰੇ ਕਿੰਨੀਆਂ ਆਪਣੇ ਕੋਲ ਆਪਣੇ ਕੋਲ ਵੇਖ ਲਓ ਜੀ ਇਹ ਸੱਤ ਗਾਵਾਂ ਠੀਕ ਆ ਜੀ ਤੇ ਨਾਮ ਫਿਰ ਫੌਜੀ ਫਾਰਮ ਹੀ ਆ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਜੀ ਤੇ ਪਹਿਲਾਂ ਫਿਰ ਆਹੀ ਵਿਖਾ ਦਈਏ ਪਹਿਲੇ ਨੰਬਰ ਵਾਲੀ ਕਿੰਨਵਾਂ ਸੂਆ ਸੁਣਾ ਇਹਨੇ ਬਾਕੀ ਚੰਗੇ ਕੱਦ ਕਾਟਦੀ ਆ ਚੰਗੇ ਬੋਡੀ ਵੇਟਦੀ ਆ ਇਹ 10 ਦਿਨ ਖੜਦੀ ਆ ਸੂਣ ਚ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਕੀ ਰੱਖਣਾ ਇਹਦਾ ਆਪਾਂ 50,000 ਰੁਪਏ ਰੱਖਦੇ ਅੱਛਾ ਇਹਦਾ ਮੁੱਲ 50,000 ਹੈ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਬਾਕੀ ਇੱਕ ਫੋਨ ਲਾ ਲੇ ਇੱਕ ਵਾਰੀ ਹਨਾ ਵੀਰ ਜੀ ਉਹਨਾਂ ਨਾਲ ਆਪੇ ਗੱਲ ਕਰ ਲੇ ਤੇ ਮਾਨਤਨ ਮੌਕੇ ਤੇ ਜਿਹੜਾ ਹੋ ਜੂਗਾ ਮਾਨਤਨ ਸਾਰੀਆਂ 'ਚੋਂ ਹੀ ਹੋਣੇ ਆ ਬਸ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਆ ਵੀ ਗੱਬਨ ਜੇ ਹਾਂਜੀ ਬਾਕੀ ਛੋਟੇ ਭਾਅ ਵੀ ਤੁਹਾਨੂੰ ਵਿਖਾਉਣੇ ਆ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਐਂਡ ਤੇ ਤੁਹਾਨੂੰ ਛੋਟੇ ਭਾਅ ਵੀ ਦਿਖਾਵਾਂਗੇ ਇਹਦਾ ਕਿੰਨਵਾਂ ਸੂਆ ਜੇ ਇਹ ਤੀਜਾ ਸੂਆ ਹੈ ਠੀਕ ਆ ਤੇ ਇਹ ਸਿੰਘਾਂ ਦਾ ਝੁੰਗੀ ਆ ਹਨਾ ਤੇ ਇਹ ਕਿੰਨੇ ਦੁੱਧ ਵਾਲੀ ਆ ਇਹ 20+ ਦੁੱਧ ਚੋ ਅੱਛਾ ਇਹ ਵੀ 20+ ਵਾਲੀ ਆ ਹਾਂਜੀ ਤੇ ਤੋੜ ਦਈਏ ਫਿਰ ਇਹਨਾਂ ਵੀ ਇਹ ਵੀ ਕੋਈ ਹਫਤਾ 10 ਦਿਨ ਲੈ ਜਾਊਗੀ ਅਜੇ ਹਾਂਜੀ ਲਿਆ ਵੀਰ ਜੀ ਬਾਕੀ ਚੰਗੇ ਬੋਡੀ ਵੇਟ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਇਹ ਵੀ ਜਿਹੜੀ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਇਹਦਾ 45,000 ਬਾਕੀ ਮਾਨਤਾਨ ਹੋ ਜੂਗਾ ਮੌਕੇ ਤੇ ਹੋਰ ਹਨਾ ਚੰਗੇ ਬੋਡੀ ਵੇਟ ਵਾਲੀਆਂ ਦੋਵੇਂ ਵੈੜਾਂ ਵਾਲੀਆਂ ਆਹ ਵੀ ਗੱਬਨ ਜੇ ਜਾਂ ਤੋਰੋ ਹਾਂ ਫਿਰ ਇਹਨੂੰ ਵੀ ਇੱਕ ਵਾਰੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਦੇਖ ਸਕਦੇ ਬਾਕੀ ਵਿੱਚ ਇੱਕ ਛਾਂ ਜੀ ਲੱਗੀ ਨੀਗੀ ਜੀ ਇਹਦਾ ਸੂਆ ਕਿੰਨਵਾਂ ਵੀਰ ਜੀ ਦੂਜਾ ਸੂਆ ਦੂਸਰਾ ਸੂਆ ਜਿਹੜਾ ਇਹਦਾ ਬਾਕੀ ਕੱਦ ਕਾਠ ਬੋਡੀ ਵੇਟ ਇਹਦਾ ਵੀ ਚੰਗਾ ਵਾ ਤੇ ਇਹ ਵੀਰ ਜੀ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 12 ਕਿਲੋ ਦੇ ਚਵਾਈ ਦਊ ਸੂਕਾ ਤੇ ਇਹਦਾ ਮੁੱਲ ਇਹਦਾ ਮੁੱਲ 35,000 ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਕੋਈ ਖੁੱਲ੍ਹੇ ਹੀ ਹੋ ਜਾਣਗੇ ਮਾਨਤਨ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਤੇ ਹੁਣ ਆਹ ਜਿਹੜੀ ਆ ਚੌਥੇ ਨੰਬਰ ਤੇ ਇਹ ਵੀ ਗੱਬਨ ਜੇ ਮਾਲ ਸਾਰਾ ਗੱਬਣ ਹੀ ਆਪਣੇ ਕੋਲ ਇੱਕੋ ਹੀ ਸੂਈ ਬਸ ਇਹ ਕਿੰਨੇ ਕੁ ਦੁੱਧ ਵਾਲੀ ਜੇ ਇਹ ਕਿੰਨੇ ਕੁ ਦੁੱਧ ਵਾਲੀ ਜੇ ਇਹ ਦੁੱਧ ਭਰ ਦੂ ਵਸੀ 15-16 ਕਿਲੋ 15-16 ਲੀਟਰ ਦੁੱਧ ਭਰ ਜੂਗੀ ਲਿਆ ਦੂਸਰਾ ਸੂਆ ਜਿਹੜਾ ਇਹਦਾ ਲੈ ਜਾ ਜੀ ਬਾਕੀ ਚੰਗੇ ਕੱਦ ਕਾਠ ਵਾਲੀ ਠੀਕ ਆ ਜਿਹੜਾ ਇਹਦਾ ਵੀ ਕੱਦ ਕਾਠ ਬੋਡੀ ਵੇਟ ਇਹ ਵੀ ਹਫ਼ਤੇ ਦੇ ਕਰੀਬ ਅਜੇ ਟਾਈਮ ਜਿਹੜਾ ਲੈ ਜੂਗੀ ਤੇ ਮੁੱਲ ਇਹਦਾ ਕੀ ਰੱਖਣਾ ਵੀਰ ਜੀ ਫਿਰ ਆਪਾਂ ਇਹਦਾ ਮੁੱਲ ਕੀ ਰੱਖਣਾ ਜੀ ਆਪਾਂ
बाकी मान तान हो जूगा मौके ते हना ठीक है जी। तो हुण आ गई अपने कोल पंजे नंबर ते जर्सी आ गई एक और ये भी जी किन्ने दुध वाली जी झबू का थोड़ा जा कर दी आए ला जा भी दी। बाकी ये भी ठंडी धीरी है जी बाकी किसे भी कोई भी पशु पसंद आता सीधा वीर जी उन्होंने फोन ला के जो कोई वीर पूछ ले तो नाले चंगी तरह होर भी डिटेल जो कोई रह जाए तो भी कोई पूछ ले तो मान तान भी जरा मौके पर हो जाऊगा। कोई वीर एक बार फोन जरूर लावे जे किसी वीर कोई भी पशु पसंद आता है। यदा मुल भीर जी यदा मुल यदा मुल 30,000 है ठीक है। तो आ जी आ गई अपने को सूई सवाई जी ये किन्नवा सूआ सूई जी दूसरा सूआ सूई है ठीक है। तो कि चिर होया सूई न चौथा दिन कि तैयार मौके दे अच्छा 8 लीटर तैयार है कि चवाई जाऊगी लिया तोर दो फिर इन्हों बाकी आ दे सकते जी थल लिया जाए जी हाँ जी विद्दी सत श्रीकाल जी वधिया जी बड़ी लेट हो गए जी अज लेट गिफ्ट लैन चल गए अच्छा गिफ्ट पा के गिफ्ट लिया के अंदर बनते जी गिफ्ट बनते अच्छा ते दा मुल दस दिए फिर आपां इहदा वीर जी वशी दा सर दा मुल की करना अच्छा चेन लैन ही करना किन्ना वशी दा मुंह मान खाओ इहदा सही दा हुंदा ठीक है हां जी की रखना मुल वशी दा भावें 35 कर लिए अच्छा जेड़ी हां ना देनी है ना 24,000 दी 24,000 दी दे दांगे कर देना मानतन विच होर होर करांगे वशी दा थन क्वालिटी देखो ठीक है जी मगर भी वशी जे ते मगर भी वशी है आ वशी है ते हुण एक आ गां रह गई अपने कोल ये रह गई पहले वशी पलूनी आ सोई है भी सोई है अच्छा ओ बच्चा इहदा इहदा ए बच्चा कल रात दी सोई है ते किन्ना इहदे कोल बोला जी बाकी गां हवाना जरा चंगा तैयार किया छोटे छोटे सिंग जड़े है बाकी चलो पहले कद कट दिया चलो ठीक है अठ नौ लीटर के करीब दुद्ध कहते कि जरा चवा दूगी बाकी कोई वीर अपनी समझ ना वेस्ट चाख के खड़े मगर भी वशी आ ठीक है ते केड़े गिफ्ट लेंदे जी गिफ्ट दिखाने दा नुहार प्रीवीर जी ठीक है जी केड़ी आ काली3 किलो दुध ही बाकी आप देख सकते सांभी नहीं है किसी वीर ने जे कोई सांभ वाला कोई ले जाऊगा वो सादा दूध और बाद में सांभी बड़ी घाटी है
ਲੈ ਜਿਓ ਜੀ ਬਾਕੀ ਚਲੋ ਜੇ ਕੋਈ ਸੇਵਾ ਕਰੂਗਾ ਤੇ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਤੇ ਗਾਂ ਵੀ ਜਿਹੜੀ ਗੱਬਣੀ ਆਏ ਇਧਰ ਬਾਨੇ ਆ ਕੁੰਡੇ ਨਾ ਥਣ ਥਣ ਵੀ ਜੀ ਚਾਰੇ ਚੱਲਦੇ ਜੀ ਓਕੇ ਸਾਰਾ ਵਧੀਆ ਚੱਲਦੇ ਜੀ ਠੀਕ ਕੋਈ ਵੀਰ ਜਿਹਨੇ ਲੈਣੀ ਆ ਆਪਣੇ ਇੱਥੇ ਆਣ ਕੇ ਤਸੱਲੀ ਕਰ ਸਕਦਾ ਤੇ ਇਹਦਾ ਮੁੱਲ ਮੁੱਲ ਹਰਪ੍ਰੀਤ ਜੀ ਆ ਵੀ ਦਿਖਾਉਨੇ ਇਕੱਠੇ ਦਾ ਕਰਾਂਗੇ ਜੀ ਠੀਕ ਹੈ ਜੀ ਇਹਦੇ ਕੋ ਕਿੰਨਾ ਹੈ ਦੁੱਧ ਇਹਦੇ ਕੋ ਹਰਪ੍ਰੀਤ ਜੀ ਘਰ ਵਾਲਿਆਂ ਦੱਸਿਆ 5 ਕਿਲੋ ਦੁੱਧ ਅੱਛਾ ਇਹਦੇ ਕੋ ਲਈ ਆ ਜਨਾਨੀ ਕੋ ਲਈ ਆ ਠੀਕ ਹੈ ਅਸੀਂ ਚਾਰ ਕਰਕੇ ਦੇਣੀ ਕਿਉਂ ਵੀ ਹਲੇ ਆਈ ਆ ਲਿਆ ਫਿਰ ਤੋਰ ਦੀ ਇਹ ਜਿਉ ਨਹੀਂ ਅਜ ਲਿਆਂਦੀ ਆ ਬਹੁਤੀ ਮਾੜੀ ਸੇਵਾ ਤੋਂ ਲਈ ਜੇ ਠੀਕ ਹੈ ਜੀ ਚਾਈ ਵਾਲ ਵਸ਼ੀ ਆ ਲਿਆ ਜਾ ਵੀਰ ਜੀ ਤੇ ਇਹਦਾ ਮੁੱਲ ਵੀਰ ਜੀ ਫਿਰ ਕੀ ਰੱਖਣਾ ਜੀ ਵੀਰ ਜੀ ਦੱਸਦੇ ਮੁੱਲ ਜੋੜੀ ਦਾ 12-12 ਹਜ਼ਾਰ 12-12 ਹਜ਼ਾਰ ਹਾਂਜੀ ਠੀਕ ਹੈ ਜੇ ਕੋਈ ਵੀਰ ਜੋੜੀ ਲਊਗਾ ਹਾਂਜੀ ਤੇ 10-10 ਹਜ਼ਾਰ ਦੀ ਦੇ ਦਾਂਗੇ ਅੱਛਾ ਕੱਲੀ ਕੱਲੀ ਦਾ 12-12 ਅੱਛਾ ਕੱਲੀ ਕੱਲੀ ਦਾ 12-12 ਹਜ਼ਾਰ ਤੇ ਜੋੜੀ ਦਾ 20 ਹਜ਼ਾਰ ਠੀਕ ਹੈ ਹਾਂਜੀ ਠੀਕ ਜੇ ਕੋਈ ਵੀਰ ਜੋੜੀ ਲਊਗਾ ਉਹ ਚੋਂ ਇੱਕ ਜੋੜੀ ਚ ਮਾਨਤਾਨ ਹੋਊਗਾ ਅੱਛਾ ਕੱਲੀ ਕੱਲੀ ਚਣੀ ਜੇ ਹਣਾ ਠੀਕ ਹੈ ਕੱਲੀ ਕੱਲੀ ਚ 200-200 ਰੁਪਇਆ ਛੋਟ ਹੋਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਤੁਹਾਨੂੰ ਮਿਲਾਉਂਦੇ ਆ ਆਪਣੇ ਕੋਲ ਕਸ਼ਮੀਰ ਗਏ ਆਏ ਆ ਅੱਛਾ ਕਸ਼ਮੀਰ ਤੋਂ ਜਿਹੜੇ ਵੀਰ ਜੀ ਹਣਾ ਕੋ ਪਸ਼ੂ ਲੈਣ ਆਏ ਆ ਬਾਕੀ ਵੀਰ ਜੀ ਹੁਣੀ ਕਹਿੰਦੇ ਆ ਕਿ ਨਹੀਂ ਉਹ ਥੋੜਾ ਜਿਹਾ ਸਾਹਮਣੇ ਆਉਣ ਤੋਂ ਕਈ ਵੀਰ ਜਿਹੜਾ ਵਾ ਕਰਦੇ ਆ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਹਨ ਮੈਂ ਅੱਗੇ ਬਾਰ ਬਾਰ ਕਹਿਣਾ ਨਾ ਹਾਂਜੀ ਇੱਥੇ ਆਣ ਕੇ ਵੀਰ ਕੋਈ ਤਸੱਲੀ ਕਰੇ ਆਪਣੀ ਮੁੜ ਕੇ ਲਾਮਾ ਨਹੀਂ ਲੈਣਾ ਠੀਕ ਹੈ ਜੀ ਸਾਡੇ ਘਰ ਭਾਵੇਂ ਕੋਈ 3 ਡੰਗ ਚਵਾਈ ਕਰੇ ਠੀਕ ਹੈ ਵੀਰ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ